अगर भाई इससे भी अच्छी कंपनी कोई है। नहीं शफाक साहब, बैरेंज कंपनी ਜੇ ਅੱਗੇ ਹੋਰ ਕੋਈ ਸਕੂਟੀ ਤਾਂ ਸ਼ਾਇਦ ਕੋਈ ਨਹੀਂ। ਹਾਂਜੀ बिस्मिल्लाह रहमान रहीम, नाज़रीन कराम अस्सलाम वालेकुम। आज की हमारी वीडियो जो है वो स्कूटी के बारे में है कि अगर हम स्कूटी परचेज करना चाहते हैं तो उसका तरीक़ेकार क्या है। अगर आप चैनल पर नए हैं तो प्लीज़ चैनल को सब्सक्राइब कर लें। मार्केट में इस वक्त बहुत सी मोटरसाइकिलें हैं, चाइना की मोटरसाइकिलें, दूसरी तीसरी ये वो, तो इस वक्त बिजली बहुत महंगी, हम प्लेटों पर शिफ्ट हो रहे हैं, इसी तरह से हम पेट्रोल बहुत महंगा है और हम इन स्कूटी पे शिफ्ट होंगे। अब बहुत सी चीज़ें हमें चेंज करना पड़ेंगी ज़िंदगी में, क्योंकि इस वक्त जो तर्ज ज़िंदगी है हमारा और हमारी ज़रूरियात, उनमें ये भी स्कूटी भी शामिल है। आज हम हैं जी खान मोटर पे और मज़र भाई हमारे साथ मौजूद हैं, अरसा दराज से ये काम कर रहे हैं, इनका ये बहुत बड़ा सेटअप है, तो इनसे आज बातचीत करते हैं, स्कूटी के बारे में जानते हैं कि इसकी जो प्राइस है वो क्या है, इसकी एवरेज क्या है, इसकी स्पीड कितनी है, किस कंपनी की है, सारी बातचीत करते हैं। अस्सलाम वालेकुम जी भाई। मदर भाई कैसे हैं आप? सेहत तबीयत ठीक है? अल्हम्दुलिल्लाह। अच्छा मदर भाई, हमारे नाज़रीन को ये बताएं कि ये किस कंपनी की आप स्कूटी लेके आए हैं, इसका जो इसकी स्पीड है उसके बारे में, बैटरी के बारे में बताएं सब कुछ। अशफाक साहब, बैरेंज कंपनी है जी। ठीक हो गया। हर सफर बैरेंज जी। ठीक हो गया। बेगम हो गया सफर करना जी। ठीक हो गया। अशफाक साहब जी, DS11 मॉडल है, 800 वाट है, ये तकरीबन 65 किलोमीटर दी एवरेज किलोमीटर एवरेज है। हाँ जी ठीक हो। 65 ही स्पीड है। इसी तरह यह दूसरा मॉडल है DS7 जी। ठीक हो। पंजाबी में बात करेंगे हम। हाँ जी, DS7 BSF सेम। ठीक हो गया। 65 किलोमीटर 65 ये स्पीड है। ठीक हो गया। 65 किलोमीटर की स्पीड है जी, तो 65 किलोमीटर ही इन्हें थोड़ा जो सफर है तय करना। ठीक हो। दो मॉडल है जी, 1,65,000 रुपये का जी। ठीक है। 1,75,000 रुपये का जी। जो हम डिस्क ब्रेक है उन्होंने दी, 3 स्पीडा ये पिछली ड्रम ब्रेक है, फिर रख सकते हैं। अच्छा, ये डिग्गी सानू मिल जाती है? हाँ जी। वेरी गुड। ਡੀ ਵੀ ਜਿਹੜੀ ਹੈ, ਕੋਈ ਸਮਾਨ ਜਿਹੜਾ ਮਰਜ਼ੀ ਅਸੀਂ ਖਰੀਦਦੇ ਹਾਂ ਉਹ ਰੱਖੋ ਇਹਦੇ ਵਿੱਚ। ਠੀਕ ਹੋ ਗਿਆ ਜੀ। ਸਾਰੀਆਂ ਸੀਟਾਂ ਦੇ ਨੀਚੇ ਇਸੇ ਡਿੱਗੀਆਂ ਜੀ। ਇਹ ਮਾਡਲ ਜਿਹੜਾ ਸਾਡਾ ਨਾ ਜੀ ਜੀ ES20 ਇੱਧਰ ਦਿਓ ਸਕਰੀਨ ਰੋ। ਇਹ ਸ਼ਫਾਕ ਸਾਹਿਬ ਕਾਰ ਤੋਂ ਵੀ ਸਟਾਰਟ ਹੁੰਦਾ ਐਸਾ ਦਾ ਕਾਰਡ ਜੀ। ਗੁੱਡ। ਇਹ ਚਲੋ ਹੋ ਗਏ। ਇਹ ਜੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਹੈ, ਅਤੇ ਸਾਰੀ ਸਕਰੀਨ 'ਤੇ ਸ਼ੋਅ ਕੇ ਚਾਬੀ ਨਾਲ ਡਿੱਗੀ ਖੁੱਲਦੀ ਆ। ਅੱਛਾ ਜੀ। ਇਹ ਖੁੱਲ ਗਈ। ਦੋ ਬੁੱਕਸ ਦਿੱਤੇ ਗਏ ਆ। ਠੀਕ ਹੋ ਗਿਆ। ਇਸੇ ਤਰ੍ਹਾਂ ਹੀ ਫਰਕ ਹੈ, ਇਹਦੇ 'ਚ ਇੱਕ ਬੁੱਕਸ ਆ ਲੱਗਾ ਹੋਇਆ ਜੀ। ਬੈਕ 'ਤੇ ਵੀ ਤੁਸੀਂ ਸਮਾਨ ਰੱਖ ਸਕਦੇ ਹੋ। ਵੈਰੀ ਗੁੱਡ। ਸਭ ਤੋਂ ਵੱਡੀ ਗੱਲ ਹੈ ਜੀ, ਇਹਦੀ ਕਰੂਜ਼ ਲੱਗਾ ਹੋਇਆ ਇਹਦੇ ਵਿੱਚ। ਅੱਛਾ ਜੀ। ਤੁਸੀਂ ਜਿੰਨੀ ਸਪੀਡ 'ਤੇ ਇਹਨੂੰ
ਜਿੱਦਾਂ ਵੱਡੀਆਂ ਗੱਡੀਆਂ ਵਾਲੇ ਵੀ ਗੱਡੀਆਂ ਆਪਾਂ ਕਰਦੇ ਹਾਂ ਜੀ, ਉਹਨੇ ਕਰੂਜ਼ ਲਾ ਦੇ ਮੋਟਰਵੇਜ਼ ਲਾ ਦੇ ਆ। ਇਸ਼ਫਾਕ ਸਾਹਿਬ, ਸਭ ਤੋਂ ਵੱਡੀ ਗੱਲ ਹੈ ਚੋਰੀ ਨਹੀਂ ਹੋ ਸਕਦੀ। ਅੱਛਾ ਜੀ, ਹਾਂਜੀ, ਵੈਰੀ ਗੁੱਡ। ਇਹ ਤੁਹਾਡੇ ਕੋਲ ਆ ਚਾਬੀ ਜੀ, ਜਸਟ ਸਿਰਫ 2-4 ਮਿੰਟ ਫੋਟੋ ਨੂੰ ਤੁਸੀਂ ਅੱਗੇ ਪਿੱਛੇ ਕਰੋਗੇ ਤਾਂ ਰੀਲ ਜਾਮ ਹੋ ਜਾਣਗੇ। ਵੈਰੀ ਗੁੱਡ, ਸਭ ਤੋਂ ਵੱਡੀ ਸਹੂਲਤ ਇਹਦੇ ਵਿੱਚ ਆ। ਠੀਕ ਹੋ ਗਿਆ। ਉਸ ਤੋਂ ਬਾਅਦ ਐਸ ਐਸ ਰਾਈ ਚੌਥਾ ਮਾਡਲ ਆ ਜਾਂਦਾ ਜੀ। ਜੀ, ES20 ਜੀ, 2000 ਵਾਟ ਦੀ ਹੈ ਜੀ। ਇਹ ਤਕਰੀਬਨ 80 ਕਿਲੋਮੀਟਰ ਦੀ ਸਪੀਡ ਹੈ ਜੀ। 4-5 ਘੰਟੇ ਚਾਰਜਿੰਗ ਟਾਈਮ ਹੈ ਇਹਨਾਂ ਦਾ। ਅੱਛਾ ਜੀ, ਸਾਰੇ ਏਰੀਆ ਦਾ। ਠੀਕ ਹੋ, 4-5 ਘੰਟੇ ਜਿਹੜੇ ਨੇ ਚਾਰਜਿੰਗ, ਅਗਰ ਥੋੜ੍ਹਾ ਘੱਟ ਸੋਲਰ ਲੱਗਾ ਵਾ ਤੇ ਉਹ ਵੀ ਕੋਈ ਖਰਚਾ ਨਹੀਂ ਜੀ। ਠੀਕ ਹੋ, ਬਿਜਲੀ ਬਹੁਤ ਥੋੜ੍ਹੀ ਜਿਹੀ, ਤਕਰੀਬਨ 1-1.5 ਐਂਪੀਅਰ ਤੇ ਮੁਕੰਮਲ ਚਾਰਜ ਹੋ ਜਾਂਦੀ ਆ। ਠੀਕ ਹੋ ਗਿਆ। ਇਹ ਦੱਸੋ ਵੀ ਸਾਰਿਆਂ ਦੀਆਂ ਬੈਟਰੀਆਂ ਬਰਾਬਰ ਆ ਜਾਂ ਕਿਸੇ 'ਚ ਕੋਈ ਘੱਟ ਵੱਧ ਆ ਇਹਨਾਂ ਦੀ ਰੇਂਜ? ਹਾਂਜੀ, ਇਹਦੇ 'ਚ 6 ਬੈਟਰੀਆਂ ਵਾ, ਇਹ 'ਚ 5 ਆ, ਉਹਨਾਂ 'ਚ 4-4 ਆ ਜੀ। ਠੀਕ ਹੋ ਗਿਆ, 4-4 ਆ। ਹਾਂਜੀ, ਇਸ ਵਾਸਤੇ 2000 ਵਾਟ ਦੀ ਆ, 1200 ਵਾਟ ਦੀ ਆ, ਉਹ ਦੋਨੇ 800 ਵਾਟ ਦੀ ਆ। ਅੱਛਾ, ਇਹ ਦੱਸੋ ਮਜ਼ਰ ਭਾਈ, ਇਹਨਾਂ ਨੂੰ ਕੋਈ ਨੰਬਰ ਲਵਾਉਣ ਦੀ ਵੀ ਜ਼ਰੂਰਤ ਹੈ, ਕੋਈ ਰਜਿਸਟ੍ਰੇਸ਼ਨ ਕਰਾਉਣ ਦੀ ਜ਼ਰੂਰਤ ਹੈ? ਨਹੀਂ, ਨਾ ਇਹਨਾਂ ਕੋਈ ਨੰਬਰ ਲਵਾਉਣ ਦੀ ਜ਼ਰੂਰਤ ਆ, ਨਾ ਇਹਦੀ ਗੁੱਟੀ ਉਹਨਾਂ ਕਰਵਾਉਣ ਦੀ ਜ਼ਰੂਰਤ ਆ, ਨਾ ਇਹਦਾ ਆਇਲ ਚੇਂਜ ਕਰਨ ਦੀ ਜ਼ਰੂਰਤ ਆ। ਇੱਥੇ ਸਾਰੇ ਖਰਚੇ ਜਿਹੜੇ ਆ ਉਹ ਤੁਹਾਡੇ ਇਸ ਤਰ੍ਹਾਂ ਬਚਦੇ ਨੇ। ਹਾਜ਼ਰ ਇਕਰਾਮ, ਸਾਰੇ ਖਰਚੇ ਤੁਹਾਡੇ ਬੰਦ ਹੋ ਗਏ, ਪੋਲੂਸ਼ਨ ਬੰਦ ਹੋ ਗਈ, ਤੁਹਾਡਾ ਇੰਜਣ ਦਾ ਸ਼ੋਰ ਬੰਦ ਹੋ ਗਿਆ, ਇੰਜਣ ਦੇ ਖਰਚੇ ਖਤਮ ਹੋ ਗਏ, ਪੈਟਰੋਲ ਦੇ, ਮੋਬਿਲਾਇਲ ਦੇ, ਟਿਊਨਿੰਗ ਦੇ ਸਾਰੇ ਖਰਚੇ ਖਤਮ ਹੋ ਗਏ। ਤੇ ਇਹਨਾਂ ਦੀਆਂ ਜਿਹੜੀਆਂ ਬੈਟਰੀਆਂ ਮਜ਼ਰ ਭਾਈ, ਕਿੰਨੀ ਦੇਰ ਚੱਲ ਜਾਣਗੀਆਂ ਬੈਟਰੀਆਂ? ਕੰਪਨੀ ਕੀ ਕਲੇਮ ਕਰਦੀ ਹੈ? ਅਸ਼ਫਾਕ ਸਾਹਿਬ, 1.5 ਸਾਲ ਦੀ ਕੰਪਨੀ ਗਰੰਟੀ ਦਿੰਦੀ ਹੈ, 1 ਸਾਲ ਦੀ ਮੋਟਰ ਦੀ ਗਰੰਟੀ ਹੈ। ਠੀਕ ਹੋ ਗਿਆ। ਲੇਕਿਨ ਬੈਟਰੀਆਂ ਤਕਰੀਬਨ ਮੈਕਸੀਮਮ 3 ਸਾਲ ਤੱਕ ਕਿਤੇ ਵੀ ਨਹੀਂ ਜਾਂਦੀਆਂ ਜੀ। ਅਗਰ ਤੁਸੀਂ ਇਹਦੀ ਅਸੀਂ ਔਸਤ ਕੱਢੀ ਹੈ, ਅਸੀਂ ਇਹਦੀ ਮੈਂ 3 ਲੱਖ ਤੋਂ ਪਲੱਸ, ਜਿੰਨਾ ਕਿ ਬੈਟਰੀਆਂ ਖਤਮ ਹੋਣੀਆਂ ਵਾ, 3 ਲੱਖ ਤੋਂ ਪਲੱਸ ਤੁਹਾਨੂੰ ਬੱਚਾ ਦੇਣੀ ਆ। ਵੈਰੀ ਗੁੱਡ। ਪੈਟਰੋਲ ਦੀ ਮਾਚ, ਆਇਲ ਦੀ ਮੱਦ ਚ, ਟਿਊਨਿੰਗ ਦੀ ਮੱਦ ਚ, ਅਦਰ ਖਰਚੇ ਦੀ ਮੱਦ ਵਿੱਚ ਜੀ। ਠੀਕ ਹੋ ਗਿਆ। ਅਗਰ ਤੁਹਾਨੂੰ ਇਹਦੀ ਬੈਟਰੀਆਂ ਚੇਂਜ ਵੀ ਕਰਨੀਆਂ ਪੈਂਦੀਆਂ ਵਾ, ਫਿਰ ਵੀ ਤੁਸੀਂ ਤੁਹਾਨੂੰ ਅੱਛੀ ਖਾਸੀ ਬੱਚਤ ਆ। ਨਾਜ਼ਰੀਨ, ਸਾਡੇ ਇਸ ਦੌਰ ਦੇ ਵਿੱਚ ਇਹ ਸਾਡੀ ਜ਼ਰੂਰਤ ਬਣ ਜਾਣੀ ਆ, ਸਾਨੂੰ ਰੋਡਾਂ 'ਤੇ ਆਮ ਹੀ ਨਜ਼ਰ ਆਉਣੀਆਂ ਇਹ ਸਕੂਟੀਆਂ। ਠੀਕ ਹੋ ਗਿਆ, ਕਿਉਂਕਿ ਪੈਟਰੋਲ ਅਸੀਂ ਅਫੋਰਡ ਨਹੀਂ ਕਰ ਸਕਦੇ, ਪੈਟਰੋਲ ਬਹੁਤ ਮਹਿੰਗਾ ਆ, ਅਤੇ ਦੂਸਰਾ ਇਹ ਆ ਕਿ ਉਹਨਾਂ ਦੇ ਜਿਹੜੇ ਲਵਾਜ਼ਮਾਤ ਆ, ਤੁਸੀਂ ਕਮ ਅਜ਼ ਕਮ 1 ਮਹੀਨੇ ਦੇ ਵਿੱਚ 1500-2000 ਰੁਪਇਆ ਉਹਦੀ ਮੇਨਟੇਨੈਂਸ ਤੇ ਲੱਗਦਾ ਆ ਮੋਟਰਸਾਈਕਲ। ਠੀਕ ਆ ਜੀ, 2-3 ਹਜ਼ਾਰ ਦਾ ਤੁਸੀਂ ਕਮ ਅਜ਼ ਕਮ ਪੈਟਰੋਲ ਜਿਹੜਾ ਉਹ ਖਰਚ ਕਰਦੇ ਆ ਅਸੀਂ। ਜ਼ਿਆਦਾ ਕਰਨਾ ਨਹੀਂ, ਚਲੋ ਕੁਛ ਨਾ, ਦੁਕਾਨਦਾਰ ਨੇ ਡੇਲੀ ਕੋਈ 40-50 ਕਿਲੋਮੀਟਰ ਸਫ਼ਰ ਕਰਨਾ ਨਾ ਜੀ ਜੀ, ਉਹਦਾ 300 ਰੁਪਏ ਦਾ ਡੇਲੀ ਪੈਟਰੋਲ ਹੈ ਜੀ, 9000 ਰੁਪਏ ਦਾ ਮਹਾਨਾ ਪੈਟਰੋਲ ਬਣਦਾ ਜੀ। ਠੀਕ ਹੋ ਗਿਆ, ਫਿਰ ਉਹਦਾ ਤੁਸੀਂ ਮਹੀਨੇ ਦਾ ਕੁਛ ਨਹੀਂ ਤੇ 2000 ਰੁਪਇਆ ਗੱਡੀ ਦਾ ਰੀਨੋਵੇਸ਼ਨ ਕਮ ਅਜ਼ ਕਮ ਜੀ 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 2000 ਰੁਪਏ ਦੇ ਲਗਾ ਲਓ ਜੀ। ਠੀਕ ਹੋ ਗਿਆ, 11000 ਰੁਪਏ ਬਣ ਗਿਆ ਤੇ ਮਹਾਨਾ ਖਰਚਾ ਜੀ। ਜੀ, ਇਹਦਾ ਮਹਾਨਾ ਖਰਚਾ ਇੱਕ ਚਾਰਜਿੰਗ ਨਾਲ ਉਹ 2 ਦਿਨ ਗੁਜ਼ਾਰ ਸਕਦਾ, 1.5 ਐਂਪੀਅਰ ਨਾਲ ਦੀ ਮੁਕੰਮਲ ਚਾਰਜਿੰਗ ਹੋਣੀ ਆ, ਤੇ 1.5 ਐਂਪੀਅਰ ਕਿੰਨੀ ਦੀ ਬਿਜਲੀ ਆ ਤੁਸੀਂ ਬਚਤ ਆਪ ਦੇਖ ਲਓ। ਦੇਖਣ ਦੇ ਵਿੱਚ ਵੀ ਬਹੁਤ ਸੋਹਣੀਆਂ, ਤੁਸੀਂ ਲੈ ਕੇ ਬਾਜ਼ਾਰ ਦੇ ਵਿੱਚ ਜਾਂਦੇ ਹੋ ਤੇ ਆਮ ਮੋਟਰਸਾਈਕਲ ਜਿਹੜੀ ਤੁਸੀਂ ਪਰਚੇਸ ਕਰਦੇ ਆ ਉਹਦੇ ਨਾਲੋਂ ਲੱਖ ਦਰਜੇ ਸੋਹਣੀ ਵੀ ਆ ਤੇ ਇਹਦੀ ਕਾਰਕਰਦਗੀ ਵੀ ਬਿਹਤਰ ਆ। ਤੋ ਜੀ ਮਦਰ ਭਾਈ, ਇਸੇ ਤਰ੍ਹਾਂ ਹੀ? ਇਸ ਤਰ੍ਹਾਂ ਹੀ ਆ ਜੀ। ਅੱਛਾ ਜੀ, ਇਸ ਮਾਡਲ ਦਾ ਵੀ ਇਸ ਤਰ੍ਹਾਂ ਹੀ ਆ, ਇੱਕ ਕਾਰਡ ਐਸਾ ਅਸੀਂ ਸਕੈਨ ਕਰਨਾ ਇਸ ਤਰ੍ਹਾਂ ਹੀ ਜੀ। ਠੀਕ, ਸਟਾਰ ਹੋ ਜਾਣਾ, ਇਹਨੇ ਐਸਾ ਹੀ ਬੰਦ ਹੋ ਜਾਣਾ ਚਾਬੀ ਤੋਂ ਬਗੈਰ ਵੀ? ਚਾਬੀ ਤੋਂ ਬਗੈਰ ਵੀ, ਕਾਰਡ ਨਾਲ ਤੁਹਾਡਾ ਸਿਸਟਮ ਚੱਲ ਸਕਦਾ? ਹਾਂ ਜੀ, ਸਿਸਟਮ ਚੱਲ ਸਕਦਾ ਜੀ। ਅੱਛਾ ਮਦਰ ਭਾਈ, ਤੁਸੀਂ ਇਸ ਦੇ ਪੈਸੇ ਨਹੀਂ ਦੱਸੇ, ਇਸ ਦੇ ਪੈਸੇ ਵੀ ਦੱਸ ਦਿਓ। ਇਹ ਪ੍ਰਾਈਸ ਦੇ 2,70,000 ਰੁਪਏ ਦੀ। 2,70,000 ਦੀ? ਠੀਕ ਹੋ ਗਿਆ। ਅਗਰ ਮਾਡਲ 1,95,000 ਦਾ ਜੀ, 1,75,000 ਦਾ, ਉਹ ਆਖਰਲਾ ਮਾਡਲ 1,65,000 ਰੁਪਏ ਦਾ। ਇਹਦੇ 4 ਮਾਡਲ ਆ, 8 ਕਲਰ ਆ ਇਹਦੇ ਵਿੱਚ। ਇੰਸਟਾਲਮੈਂਟ 'ਤੇ ਕੋਈ ਬੰਦਾ ਤੁਹਾਡੇ ਨਾਲ ਕੋਈ ਮੋਟਰਸਾਈਕਲ ਲੈਣੀ ਚਾਹੁੰਦਾ
ਤੇ ਉਹਦਾ ਕੀ ਤਰੀਕੇਕਾਰ ਆ? ਉਹਦੇ ਵੀ ਕੋਈ ਹੈ ਆਪਣੇ ਕੋਲ? ਹਾਂਜੀ ਬਿਲਕੁਲ ਜੀ, ਬਿਲਕੁਲ ਹੈ ਜੀ। ਠੀਕ ਹੋ ਗਿਆ। ਤੇ ਅਗਰ ਤੁਸੀਂ ਮਦਰ ਭਾਈ ਨਾਲ ਰਾਬਤਾ ਕਰਨਾ ਚਾਹੋ ਤੇ ਡਿਸਕ੍ਰਿਪਸ਼ਨ ਮੈਂ ਇਹਦਾ ਨੰਬਰ ਦੇ ਦਾਂਗਾ, ਤੁਸੀਂ ਇਹਨਾਂ ਨਾਲ ਰਾਬਤਾ ਕਰਨਾ ਚਾਹੋ ਕਿਸੇ ਵੀ ਪਾਕਿਸਤਾਨ ਦੇ ਕਿਸੇ ਵੀ ਹਿੱਸੇ ਚ, ਤੁਸੀਂ ਮੋਟਰਸਾਈਕਲ ਖਰੀਦਣੀ ਚਾਹੋ, ਫ੍ਰੀ ਡਿਲੀਵਰੀ, ਫ੍ਰੀ ਡਿਲੀਵਰੀ ਹੋਏਗੀ ਤੁਹਾਡੇ ਕੋਲ, ਤੁਸੀਂ ਇਹਨਾਂ ਦੇ ਕੋਲ ਆਉਣਾ ਚਾਹੋ ਤੇ ਤੁਸੀਂ ਆ ਸਕਦੇ ਆ ਅੱਡਾ ਮਰੀਦਵਾਲਾ, ਤਹਿਸੀਲ ਸਮੁੰਦਰੀ, ਜ਼ਿਲ੍ਹਾ ਫੈਸਲਾਬਾਦ। ਪੂਰੇ ਪਾਕਿਸਤਾਨ ਜਿੱਥੋਂ ਵੀ ਕਿਸੇ ਨੂੰ ਲੈਣਾ ਚਾਹੇ ਉਹਨੂੰ ਕੌਮੀ ਤਰਫੋਂ ਫ੍ਰੀ ਡਿਲੀਵਰੀ ਇੱਥੇ ਮਿਲੇਗੀ, ਫ੍ਰੀ ਡਿਲੀਵਰੀ ਤੁਹਾਨੂੰ ਘਰ ਪਹੁੰਚ ਜਾਏਗੀ। ਅਗਰ ਤੁਸੀਂ ਇਹਨਾਂ ਦੇ ਕੋਲ ਆਉਣਾ ਚਾਹੋ ਤੇ ਫਿਰ ਵੀ ਤੁਸੀਂ ਆ ਸਕਦੇ ਆ ਇਹਨਾਂ ਨਾਲ ਰਾਬਤਾ ਕਰਕੇ। ਡਿਸਕ੍ਰਿਪਸ਼ਨ ਤੁਹਾਡਾ ਨਾ ਮਜ਼ਹਰ ਭਾਈ ਦਾ ਨੰਬਰ ਮੌਜੂਦ ਆ, ਤੁਸੀਂ ਉੱਥੋਂ ਨੰਬਰ ਲੈ ਸਕਦੇ ਹੋ, ਕੋਈ ਵੀ ਗੱਲਬਾਤ ਤੁਸੀਂ ਪੁੱਛਣੀ ਹੋ ਕਮੈਂਟਸ ਬਾਕਸ ਪੁੱਛ ਸਕਦੇ ਆ। ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰ ਦਿਓ। ਅਸਲਾਮ ਵਾਲੇਕੁਮ।